ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਵਿੱਚ ਇੱਕ ਛੋਟੇ ਕਿਸਾਨ ਦੀ 2.25 ਕਿੱਲੇ ਦੇ ਕਰੀਬ ਫਸਲ ਦਵਾਈ ਦਾ ਛਿੜਕਾਅ ਕਾਰਨ ਹੋਈ ਖਰਾਬ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਲਗਾਈ ਇਨਸਾਫ਼ ਦੀ ਗੁਹਾਰ। ਗੁਰਦਾਸਪੁਰ ਦੇ ਪਿੰਡ ਹਯਾਤ ਨਗਰ ਵਿੱਚ ਇੱਕ ਛੋਟੇ ਕਿਸਾਨ ਗੁਰਮੇਜ ਸਿੰਘ ਦੀ 2.25 ਕਿੱਲੇ ਦੇ ਕਰੀਬ ਝੋਨੇ ਦੀ ਫਸਲ ਦਵਾਈ ਦਾ ਛਿੜਕਾਅ ਕਾਰਨ ਕਰਕੇ ਖਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ ਸੰਬੰਧੀ ਪੀੜਤ ਕਿਸਾਨ ਨੇ ਡੀਲਰ ਦੇ ਖਿਲਾਫ਼ ਖੇਤੀਬਾੜੀ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਜਦਕਿ ਦੂਜੇ ਪਾਸੇ ਡੀਲਰ ਨੇ ਆਪਣੇ ਉੱਪਰ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸਾਨ ਦੀ ਗਲਤੀ ਕਰਕੇ ਫਸਲ ਖਰਾਬ ਹੋਈ ਹੈ। ਡੀਲਰ ਨੇ ਕਿਹਾ ਕਿ ਕਿਸਾਨ ਨੇ ਗਲਤ ਦਵਾਈ ਦਾ ਛਿੜਕਾਅ ਕੀਤਾ ਹੈ। ਮੇਰਾ ਪਿੰਡ ਆਪਣੇ ਪਿੰਡ ਹਯਾਤ ਨਗਰ ਜੀ, ਗੁਰਮੇਜ ਸਿੰਘ ਮੇਰਾ ਨਾਂ ਜੀ, ਸਾਡਾ ਉਹ ਗੁਰਦੀਪ ਸਿੰਘ ਜੀ, ਅਤੇ ਮੈਂ ਮੇਰੇ ਕੋਲ 2.25 ਕਿੱਲੇ ਸਾਡੀ ਪੈਲੀ ਹੈ, ਅਤੇ ਮੈਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲਿਆਂਦੀ ਸੀ ਆਪਣੇ ਨਿਊ ਰੰਧਾਵਾ ਖੇਤੀ ਸਟੋਰ ਤੋਂ, ਆਪਣੇ ਪਿੰਡ ਤੋਂ ਹੀ ਹਰਦੋਸ਼ਨੀ ਰੋਡ ਤੋਂ, ਅਤੇ ਉਹਨਾਂ ਨੇ ਮੈਨੂੰ 2 ਦਵਾਈਆਂ ਦਿੱਤੀਆਂ ਨੇ, ਇੱਕ ਟਿੱਡੇ ਦੀ ਅਤੇ ਇੱਕ ਤਿਲਟ ਦੀ। ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆ ਕੇ ਦਿੱਤੀ ਹੈ, ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ੍ਹ ਕੇ ਦਿੱਤੀ ਹੈ, ਖੁੱਲ੍ਹੀ ਦਿੱਤੀ ਹੈ, ਵੀ ਓਪਨ ਸ਼ੀਸ਼ੀ ਜੇ ਦਿੱਤੀ ਆ ਲਿਮਕੇ ਵਾਲੀ ਜੇ, ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਆ, ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨ ਹੀ ਝੋਨਾ ਜਿਹੜਾ ਡੈਮਜ ਹੋ ਗਿਆ, ਸਾਰਾ ਸੁੱਕਣਾ ਸ਼ੁਰੂ ਹੋ ਗਿਆ। ਫਿਰ ਮੈਂ ਉਹਦੇ ਕੋਲ ਗਿਆ ਵਾਂ, ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ, ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਥੱਲੇ, ਕੋਈ ਨਹੀਂ ਠੀਕ ਹੋ ਜਾਏਗਾ। ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ 5 ਦਿਨ ਮੇਰੇ ਨਗਾਤੇ ਆ, ਪਰ ਇਹ ਝੋਨਾ ਨਹੀਂ ਪੈੜਾਂ 'ਤੇ ਆਇਆ, ਅਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਇਨਸਾਫ ਦਿੱਤਾ ਜਾਏ, ਅਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਹਾਂ, ਮੇਰਾ ਇਹੋ ਸਹਾਰਾ, ਮੇਰਾ ਇੰਨੀ ਕੁ ਮੇਰੇ ਕੋਲ ਪੈਲੀ ਆ, ਇਹਦੇ ਸਿਰ 'ਤੇ ਮੇਰਾ ਸਾਡਾ ਪਰਿਵਾਰ ਚੱਲ ਰਿਹਾ, ਅਤੇ ਪੈਲੀ ਮੇਰੀ 2.25 ਕਿੱਲੇ ਆ, ਜਿਹਦੇ ਵਿੱਚੋਂ 2 ਕਿੱਲੇ ਅਤੇ 2 ਕਨਾਲ ਮੇਰਾ ਝੋਨਾ ਵਾ, ਅਤੇ ਅੱਧੇ ਕਨਾਲ ਵਿੱਚ ਥੋੜ੍ਹਾ ਪੱਠੇ ਵੀ ਹੈਗੇ ਆ, ਅਤੇ ਉਹ ਸਰ ਕੋਈ ਪੱਲਾ ਨਹੀਂ ਫਰਾਉਂਦਾ ਪਿਆ, ਉਹ ਕਹਿੰਦਾ ਬਸ ਇਹੀ ਪਾਣੀ ਰੱਖ ਠੀਕ ਹੋ ਜਾਏਗਾ, ਉਹ ਅਜੇ ਬਸ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਕੋਈ ਅਜੇ ਸਕੈਨ ਕੀਤੀ। ਹਾਂਜੀ ਹਾਂਜੀ, ਹੁਣ ਅਸੀਂ ਜਾਣਾ, ਅਸੀਂ ਪਹਿਲਾਂ ਉਹਦੀ ਸਲਾਹ ਲਈ ਆ, ਹੁਣ ਉਹਨੇ ਨਹੀਂ ਗੱਲ ਕਹੀ, ਫਿਰ ਹੁਣ ਅਸੀਂ ਇੱਦਾਂ ਵੀ ਹਾਂ ਖੇਤੀਬਾੜੀ ਨੂੰ ਅਸੀਂ ਸ਼ਿਕਾਇਤ ਕਰਾਂਗੇ ਜਾ ਕੇ। ਵੱਖ ਹੈਗਾ ਜੀ ਕਿਸਾਨ ਖੇਤੀ ਸੈਂਟਰ, ਕੋਈ ਦਵਾਈ ਗਲਤ ਨਹੀਂ ਦਿੱਤੀ ਜੀ, ਦਵਾਈ ਇਹਦੇ ਕੋਲ ਉੱਥੋਂ ਜੋ ਕੁਝ ਹੋਇਆ ਇਹਦੇ ਕੋਲ ਉੱਥੋਂ ਬੰਬੀ ਵਾਲੇ ਅੰਦਰੋਂ ਹੋਇਆ, ਇਹਨੇ ਜਾ ਕੇ ਰੱਖੀ ਹੋਏਗੀ, ਮੈਨੂੰ ਨਹੀਂ ਪਤਾ ਉੱਥੋਂ ਕਿਸੇ ਚੇਂਜ ਕੀਤੀ ਹੈ ਜਾਂ ਕੀ। ਇੱਥੋਂ ਦਵਾਈ ਜਿਹੜੀ ਮੈਂ ਦਿੱਤੀ ਹੈ ਤਾਂ ਇਹਨਾਂ ਉਹਦੇ ਕੋਲ ਦੋਵੇਂ ਸ਼ੀਸ਼ੀਆਂ ਹੈਗੀਆਂ, ਉਹ ਜਿੱਥੇ ਮਰਜ਼ੀ ਚੱਕ ਕਰਾ ਲਏ, ਦਵਾਈ ਕੋਈ ਨਹੀਂ ਗਲਤ ਦਿੱਤੀ। ਇੱਕ ਆਪਣਾ ਟੋਰੋ ਟੈਨ ਦਿੱਤੀ ਆ ਟਿੱਡੇ ਵਾਸਤੇ, ਅਤੇ ਇੱਕ ਇਹਨੂੰ ਦਿੱਤੀ ਆ ਇਲੈਕਸ਼ਨ ਉੱਤਮ ਵਾਲਿਆਂ ਦੀ, ਉਹ ਦਵਾਈ ਹੁਣ 5 ਜਿਹੜੀ 5 ਕਿੱਲੇ ਦੀ ਖੋਲ੍ਹ ਕੇ ਦੇਣੀ ਆ ਜੀ, 5 ਕਿੱਲੇ ਦੀ ਜਾਨ ਲੈ ਜਾਂਦਾ 5 ਕਿੱਲੇ ਹੀ ਇਹਨਾਂ ਆਪ ਉੱਥੇ ਇਹਦੇ ਕੋਲ ਬੰਬੀ ਵਾਲੇ ਅੰਦਰ ਰੱਖੀ ਆ ਇਹਨੇ, ਹੁਣ ਮੈਨੂੰ ਨਹੀਂ ਪਤਾ ਉੱਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੋਏ ਤਾਂ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ। ਤੁਹਾਡਾ ਪੈਸਟੀਸਾਈਡ ਲਾਇਸੈਂਸ ਹੈ ਤੁਹਾਡੇ ਕੋਲ? ਹੈਗਾ, ਕੋਲ ਹੀ ਹੈ, ਦਿਖਾ ਦਾਂਗੇ ਜੀ, ਮਹਿਕਮੇ ਵਾਲੇ ਨੂੰ ਦਿਖਾ ਦਾਂਗੇ, ਤੂੰ ਮਹਿਕਮੇ ਵਾਲੇ ਨੂੰ ਦਿਖਾ ਦਾਂਗੇ ਜਦੋਂ ਹੋਣਗੇ ਮਹਿਕਮੇ ਵਾਲੇ, ਕੋਈ ਮਹਿਕਮੇ ਵਾਲੇ ਵੀ ਲਾਇਆ ਆਖਣ ਡਿਆ ਕੱਲ੍ਹ ਦਾ ਭਾਅ ਜੀ, ਬੰਦਾ ਹੁੰਦਾ ਆਪਣਾ ਸੇਲਮੈਨ ਬਣਾ ਰੱਖਿਆ ਹੁੰਦਾ ਕਾਊਂਟਰ ਬਣੇ ਹੁੰਦੇ, ਇੱਦਾਂ ਥੋੜ੍ਹਾ ਹੁੰਦਾ ਵੀ ਇੱਦਾਂ ਤੁਸੀਂ ਆਹ ਖਲਾਰਾ ਜਿਹਾ ਪਾਇਆ ਦੇ ਵਿੱਚ ਹੀ, ਅਤੇ ਕਾਊਂਟਰ ਨਹੀਂ ਗਾ ਬਣਿਆ ਕੀ ਹੈ? ਸਾਰੇ ਲਾਇਸੈਂਸ ਲੱਗੇ ਕਿਤੇ ਲੱਗੇ ਜੀ, ਕਿਤੇ ਲੱਗੇ